ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇਸ ਸਥਾਨ ਦੇ ਉੱਤੇ ਤੁਹਾਨੂੰ ਗਿਆਨ ਜਿੱਥੇ ਜਿੱਥੇ ਵੀ ਮੇਰੀ ਆਵਾਜ਼ ਤੁਹਾਨੂੰ ਸੁਣ ਰਹੀ ਹੈ ਤੁਸੀਂ ਆ ਕੇ ਮੁੱਖ ਸਟੇਜ ਦੇ ਸਾਹਮਣੇ ਬੈਠੋ। ਅੱਜ ਦੇ ਪ੍ਰੋਗਰਾਮ ਦਾ ਜਿਹੜਾ ਆਗਾਜ਼ ਹੈ ਅਸੀਂ ਉਹ ਗੁਰਪਾਲ ਸਿੰਘ ਪਾਲ ਬਹੁਤ ਖੂਬਸੂਰਤ ਆਵਾਜ਼ ਅਤੇ ਰਾਜ ਦੇ ਮਾਲਕ ਪਾਣੀ ਪਾਣੀ ਖੂਹ ਤੋਂ ਭਰੇ ਉਹਨਾਂ ਤੋਂ ਕਰ ਰਹੇ ਹਾਂ, ਨਾਲ ਹੀ ਰਾਮ ਸਿੰਘ ਰਵੇਲਾ ਅਤੇ ਸਾਊਂਡ ਵਾਲੇ ਤੁਸੀਂ ਦੋਨੇ ਜਾਣੇ ਇਹ ਡੱਬਿਆਂ ਤੋਂ ਇੱਧਰ ਹੋ ਕੇ ਬੈਠੋ, ਪਹਿਲਾਂ ਬੈਠੋ ਨਾ, ਮੈਂ ਤੁਹਾਨੂੰ ਆਵਾਜ਼ ਦੇ ਰਿਹਾ ਜੀ। ਇੱਥੋਂ ਭੱਲਾ ਸਾਹਿਬ ਦੀ ਜਾਂ ਮੇਰੀ ਅੱਖ ਤੋਂ ਮਿਲੀ ਹੈ, ਤੁਸੀਂ ਦੋਨੇ ਜਾਣੇ ਉਹਨੇ ਹੋ ਕੇ ਟੀਵੀਆਂ ਪਾ ਕੇ ਬੈਠੇ ਹਾਂ, ਇਹਨੂੰ ਟੋਪੀ ਲੈਣ ਵੀ ਕਹਿ ਹਾਂ ਇੱਧਰ ਨੂੰ ਹਾਂ ਰੰਗਪੁਰ ਖੇੜੀ ਜਾਂਦਾ ਉਸ ਵੇਲੇ ਦੀ ਗੱਲ ਹੈ। ਹਾਂਜੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਇਲਾਵਾ ਡਾਕਟਰ ਵਾਈ ਐੱਸ ਪਰਮਾਰ ਯੂਨੀਵਰਸਿਟੀ ਲਾਉਣੀ ਹਿਮਾਚਲ ਪ੍ਰਦੇਸ਼, ਆਲੂ ਖੋਜ ਕੇਂਦਰ ਕੁਫਰੀ, ਭਾਰਤੀ ਜੰਗਲਾਤ ਖੋਜ ਸੰਸਥਾ ਦੇਹਰਾਦੂਨ, ਕਣਕ ਖੋਜ ਕੇਂਦਰ ਕਰਨਾਲ ਤੋਂ ਇਲਾਵਾ ਪੰਜਾਬ ਦੀ ਚੋਣ ਕਰੇ ਹਨ। ਕੁਦਰਤੀ ਸੋਮਿਆਂ ਦੀ ਸੁਚੱਜੀ ਵਰਤੋਂ ਅਤੇ ਸਾਂਭ ਸੰਭਾਲ ਲਈ ਲੇਜ਼ਰ ਲੈਵਲਿੰਗ, ਰੋਟਾਵੇਟਰ, ਫੁਹਾਰਾ ਸਿੰਚਾਈ, ਨਹਿਰੀ ਪਾਣੀ ਦੀ ਵਰਤੋਂ, ਰੂੜੀ ਦੀ ਦੇਸੀ ਖਾਦ ਦੀ ਵਰਤੋਂ ਦੇ ਨਾਲ ਨਾਲ ਖੀਰੇ ਨਵੇਂ ਤਜਰਬੇ ਕਰਦਿਆਂ ਸਰਦਾਰ ਭੁੱਲਰ ਨੇ ਖੀਰਾ, ਮਿਰਚ, ਹਰੀ ਮਿਰਚ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਰਦਾਰ ਭੁੱਲਰ ਨੂੰ ਸਰਦਾਰ ਦਲੀਪ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਦਿੱਤਾ ਜਾ ਰਿਹਾ ਹੈ। ਸਰਦਾਰ ਜਸਵਿੰਦਰ ਸਿੰਘ, ਸਪੁੱਤਰ ਸਰਦਾਰ ਸੰਸਾਰ ਸਿੰਘ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਲਦਾਣਾ ਟਿੱਕਾ ਬੰਗਾਂ ਦੇ ਵਸਨੀਕ ਹਨ। ਖੇਤੀਬਾੜੀ ਦੇ ਕੰਮ ਵਿੱਚ 25 ਸਾਲ ਦਾ ਤਜਰਬਾ ਰੱਖਣ ਵਾਲੇ ਸਰਦਾਰ ਜਸਵਿੰਦਰ, ਡਾਕਟਰੀ ਟਮਾਟਰ ਦੀ 1 ਏਕੜ ਦੀ ਕਾਸ਼ਤ ਵਿੱਚੋਂ 1,05,000 ਰੁਪਏ ਦੀ ਆਮਦਨ ਇਹਨਾਂ ਨੇ ਕੀਤੀ ਆ। ਔਰ ਇਹਨਾਂ ਦਾ ਮੰਨਣਾ ਹੈ ਕਿ ਸਾਲ 2009-10 ਵਿੱਚ ਨਸਲ ਫਾਰਮੀ ਨਸਲ 2 ਏਕੜ ਦੇ ਵਿੱਚੋਂ 2 ਲੱਖ ਰੁਪਏ ਅੰਦਾਜ਼ਨ ਇਹਨਾਂ ਨੇ ਆਮਦਨ ਕੀਤੀ ਆ। ਵਰਣਨ ਯੋਗ ਹੈ ਕਿ ਸਰਦਾਰ ਜਸਵਿੰਦਰ ਸਿੰਘ ਨੇ ਕਾਬਲੀ ਛੋਲੇ, ਫਾਰਮੀ ਲਸਣ, ਦਵਾਈ ਵਾਲਾ ਲਸਣ, ਪਿਆਜ, ਮਟਰ, ਆਲੂ, ਕਣਕ ਦੀ ਕਾਸ਼ਤ ਰਾਹੀਂ 16 ਏਕੜ ਜ਼ਮੀਨ ਵਿੱਚੋਂ 9 ਲੱਖ ਰੁਪਏ ਦੀ ਆਮਦਨ ਹੈ ਜਿਹੜੀ ਉਹ ਕੀਤੀ ਆ। ਸੋ ਅੱਜ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਉਹਨਾਂ ਨੂੰ ਸਰਦਾਰ ਸੁਰਜੀਤ ਸਿੰਘ ਢਿੱਲੋਂ ਯਾਦਗਾਰੀ ਪੁਰਸਕਾਰ ਦੇ ਰਹੇ ਹਾਂ। ਸੋ ਤਾੜੀਆਂ ਦੇ ਨਾਲ ਤੁਸੀਂ ਇਹਨਾਂ 5 ਕਿਸਾਨਾਂ ਦਾ ਹੌਸਲਾ ਅਫਜਾਈ ਕਰੋ ਔਰ ਇਹਨਾਂ ਕਿਸਾਨਾਂ ਦੀ ਹਾਜ਼ਰੀ ਦੇ ਵਿੱਚ ਹੀ ਅਸੀਂ 2 ਸਨਮਾਨ ਹੋਰ ਦੇਣੇ ਆ। ਮੈਂ ਸਰਦਾਰ ਸੁੱਚਾ ਸਿੰਘ ਲਗਾ, ਮਾਣਯੋਗ ਮੁੱਖ
मेहमान साढ़े अज के उन्होंने जानकारी ली किसान की जानकारी ला सकते हैं कि जिम्मे हर अदारे आर्थिकता जी बड़ा वाला कारण बनी हुई है। मानयोग वाइस चांसलर साहब ने भी यूनीवर्सिटी के स्रोतों को बढ़ाने के लिए अपील की पहला अपने यूनीवर्सिटी के परिवार को फिर समुचे किसान भाईचारे उसका बहुत वाला हुंगारा बहुत पॉजिटिव रिस्पोंस है जिहड़ा वो मिलिया। सब तो जिहदे विच कोटा वालों बहुत सारा यूनीवर्सिटी टीचर एसोसीएशन वालों बहुत सारा सहयोग मिलिया और कोटा प्रेजीडेंट सरदार डॉक्टर हरदीप सिंह किंगरा उन्होंने बेनती करांगा कि वो आन और ये हौसला अफजाई का समुची कोटा का सम्मान है जिहड़ा वो हासिल कर असीं उन्होंने सन्मानित करना। उन्होंने ये सन्मान डॉक्टर इंद्रजीत सिंह गरेवाल साड़ी यूनीवर्सिटी के साइड के प्रोफेसर को प्राप्त कर रहे हैं। डॉक्टर सुरजीत पात्र विज्ञानी नहीं बल्कि शायर ने पंजाबी दे जिन्हों सरस्वती सम्मान भी मिलिया। उन्होंने 25,000 रुपया अपने वालों निजी तौर पर दिता अज सा आ नहीं सके। डॉक्टर एस एस गिल जिहड़े इस यूनीवर्सिटी के सबका डायरेक्टर महेंद्र